ਜਾਹੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ 250 ਤੋਂ ਜ਼ਿਆਦਾ ਚੋਣਾਂ ਤੇ ਰੋਕ ਲਗਾ ਦਿੱਤੀ ਗਈ ਹੈ ਲੇਕਿਨ ਇਸ ਦੇ ਬਾਵਜੂਦ 15 ਤਰੀਕ ਨੂੰ ਚੋਣਾਂ ਤੈਅ ਦੱਸੀਆਂ ਜਾ ਰਹੀਆਂ ਇਸੇ ਦਰਮਿਆਨ ਇੱਕ ਖਬਰ ਆਈ ਹੈ ਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਪਿੰਡਾਂ ਦੇ ਵਿੱਚ ਖਾਸ ਕਰਕੇ ਬਿਨਾਂ ਮੁਕਾਬਲੇ ਵੀ ਸਰਪੰਚ ਚੁਣੇ ਗਏ ਨੇ ਸਰਬਸੰਮਤੀ ਦੇ ਨਾਲ ਵੀ ਸਰਪੰਚ ਚੁਣੇ ਗਏ ਨੇ ਤੇ ਕਈ ਸਰਬਸੰਮਤੀ ਦੇ ਨਾਲ ਸਮੂਚੀਆਂ ਪੰਚਾਇਤਾਂ ਵੀ ਚੁਣੀਆਂ ਗਈਆਂ ਨੇ ਪੰਜਾਬ ਚ ਜਿਹੜੇ ਅੰਕੜੇ ਆਏ ਨੇ 3205 ਜਿਹੜੇ ਸਰਪੰਚ ਨੇ ਉਹ ਸਰਵ ਸੰਮਤੀ ਦੇ ਨਾਲ ਲੋਕਾਂ ਨੇ ਚੋਣ ਲਏ ਨੇ ਤੇ 2112 ਜਿਹੜੀਆਂ ਪੰਚਾਇਤਾਂ ਨੇ ਲੋਕਾਂ ਨੇ ਸਰਵ ਸੰਮਤੀ ਦੇ ਨਾਲ ਚੁਣ ਕੇ ਰਿਕਾਰਡ ਬਣਾਇਆ ਹੈਗਾ ਪਰ ਉਥੇਕਰ ਜਿਲ੍ਹਾ ਗੁਰਦਾਸਪੁਰ ਦੀ ਗੱਲ ਕੀਤੀ ਜਾਵੇ ਤਾਂ ਜਿੱਥੇ ਸਭ ਤੋਂ ਜ਼ਿਆਦਾ ਪੰਜਾਬ ਭਰ ਦੇ ਵਿੱਚ ਜੇ ਸਰਵ ਸੰਮਤੀ ਦੇ ਨਾਲ ਸਰਪੰਚ ਚੁਣੇ ਗਏ ਨੇ ਉਹ ਗੁਰਦਾਸਪੁਰ ਗੁਰਦਾਸਪੁਰ ਦੇ ਵਿੱਚ 472 ਜਿਹੜੇ ਸਰਪੰਚ ਨੇ ਉਹ ਸਰਵ ਸੰਮਤੀ ਦੇ ਨਾਲ ਚੁਣੇ ਗਏ ਨੇ ਤੇ ਅਗਰ ਬਿਨਾ ਮੁਕਾਬਲੇ ਜਿਹੜੇ ਸਰਪੰਚ ਪਿੰਡਾਂ ਦੇ ਬਣ ਚੁੱਕੇ ਨੇ ਅਗਰ ਉਹਨਾਂ ਜ਼ਿਲ੍ਹਿਆਂ ਦੀ ਗੱਲ ਕੀਤੀ ਜਾਵੇ ਤਾਂ ਫਿਰੋਜ਼ਪੁਰ ਦੇ ਵਿੱਚ ਅੰਕੜੇ ਸਾਹਮਣੇ ਆਏ ਕਿ 435 ਫਿਰੋਜ਼ਪੁਰ ਦੀਆਂ ਪੰਚਾਇਤਾਂ ਦੇ ਜਾਂ ਪਿੰਡ ਵਾਸੀਆਂ ਨੇ ਬਿਨਾ ਮੁਕਾਬਲੇ ਜਿਹੜੇ ਸਰਪੰਚ ਚੁਣੇ ਨੇ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਆਂ ਜਿਹੜੇ ਅੰਕੜੇ ਸਾਹਮਣੇ ਆਏ ਨੇ ਕਿ ਪੰਜਾਬ 'ਚ ਇਸ ਵਾਰ ਪੰਚਾਇਤੀ ਚੋਣਾਂ ਦੇ ਤਹਿਤ ਅਗਰ ਸਰਬਸੰਮਤੀ ਦੀ ਗੱਲ ਕੀਤੀ ਜਾਵੇ ਤਾਂ ਸਰਬਸੰਮਤੀ ਦੇ ਨਾਲ ਪੰਚਾਇਤਾਂ ਚੋਣਾਂ ਦਾ ਜਿਹੜਾ ਰੁਝਾਨ ਆ ਉਹ ਵੱਧ ਰਿਹਾ ਹਾਲਾਂਕਿ ਕਈ ਪਿੰਡਾਂ ਵਿੱਚ ਸਿਰਫ ਸਰਪੰਚਾਂ ਤੇ ਹੀ ਸਹਿਮਤੀ ਬਣੀ ਹੈ ਨਾ ਕਿ ਪੂਰੀ ਪੰਚਾਇਤਾਂ ਤੇ ਪਰ ਕਰੀਬ ਪੰਜਾਬ ਭਰ ਦੇ ਵਿੱਚ 2112 ਜਿਹੜੀਆਂ ਪੰਚਾਇਤਾਂ ਨੇ ਉਹ ਪੰਜਾਬ ਦੇ ਲੋਕਾਂ ਨੇ ਸਰਬਸੰਮਤੀ ਦੇ ਨਾਲ ਚੁਣ ਕੇ ਇੱਕ ਨਵਾਂ ਰਿਕਾਰਡ ਬਣਾਇਆ ਜਿੱਥੇ 2112 ਪੰਚਾਇਤਾਂ ਸਰਬਸੰਮਤੀ ਦੇ ਨਾਲ ਚੁਣੀਆਂ ਗਈਆਂ ਨੇ ਉੱਥੇ ਪੰਜਾਬ ਭਰ ਦੇ ਵਿੱਚ 3205 ਜਿਹੜੇ ਸਰਪੰਚ ਨੇ ਉਹ ਸਰਬਸੰਮਤੀ ਦੇ ਨਾਲ ਚੁਣੇ ਗਏ ਨੇ ਜੇ라 ਗੁਰਦਾਸਪੁਰ ਦੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਵੱਧ ਅਗਰ ਸਰਵਸੰਮਤੀ ਦੇ ਨਾਲ ਸਰਪੰਚ ਚੁਣੇਗੇ ਨੇ ਉੱਥੇ ਜ਼ਿਲ੍ਹਾ ਗਰਦਾਸਪੁਰ ਜ਼ਿਲ੍ਹਾ ਗਰਦਾਸਪੁਰ ਦੇ ਵਿੱਚ 472 ਜਿਹੜੇ ਸਰਪੰਚ ਨੇ ਉਹ ਚੁਣੇਗੇ ਨੇ ਸਰਵਸੰਮਤੀ ਦੇ ਨਾਲ ਅਗਰ ਬਿਨਾਂ ਮੁਕਾਬਲੇ ਅਗਰ ਗੱਲ ਕੀਤੀ ਜਾਵੇ ਤਾਂ ਸਰਪੰਚਾਂ ਦੀ ਗੱਲ ਕੀਤੀ ਜਾਵੇ ਤਾਂ ਉਹ ਫਿਰੋਜ਼ਪੁਰ ਜ਼ਿਲ੍ਹਾ ਜਿੱਥੇ 435 ਜਿਹੜੇ ਸਰਪੰਚ ਨੇ ਉਹ ਬਿਨਾਂ ਮੁਕਾਬਲੇ ਚੁਣੇ ਗਏ ਨੇ ਔਰ ਸਭ ਤੋਂ ਵੱਡੀ ਗੱਲ ਹੈ ਕਿ ਇਸ ਮਸਲੇ ਦੇ ਵਿੱਚ ਆਮ ਆਦੀ ਪਾਰਟੀ اپنی ਪ੍ਰਸ਼ੰਸਾ ਕਰਦੀ ਦਿਖਾਈ ਦੇ ਰਹੀ ਆ ਆਮ ਆਦੀ ਪਾਰਟੀ ਦੇ ਬਲਾਰੇ ਨੀਲ ਕਰਕੇ ਹੈ ਕਿ ਪੰਜਾਬ ਸਰਕਾਰ ਇਹ ਚਾਹੁੰਦੀ ਸੀ ਕਿ ਪਿੰਡਾਂ ਦੇ ਪੰਚ ਸਰਪੰਚ ਕਿਸੇ ਵੀ ਪਾਰਟੀ ਦੇ ਨਾ ਬਣ ਕਿਉਂਕਿ ਇਹਨਾਂ ਵਿੱਚ ਪਿੰਡਾਂ ਵਿੱਚ ਫਿਰ ਆਪਸੀ ਧੜੇਬੰਦੀ ਵੱਧਦੀ ਹੈ ਗਈ ਹੈ ਤੇ ਪਿੰਡਾਂ ਦਾ ਵਿਕਾਸ ਰੁਕ ਜਾਂਦਾ ਇਸ ਕਰਕੇ ਵਾਰ-ਵਾਰ ਸਰਕਾਰ ਕੋਲੋਂ ਅਪੀਲ ਕੀਤੀ ਜਾਂਦੀ ਸੀ ਕਿ ਸਰਬਸੰਮਤੀ ਦੇ ਨਾਲ ਜਿਹੜੀਆਂ ਨੇ ਉਹ ਪੰਚਾਇਤਾਂ ਚੁਣੀਆਂ ਜਾਣ ਜਿਸ ਕਰਕੇ ਬਹੁਤ ਸਾਰੇ ਪਿੰਡਾਂ ਨੇ ਫੈਸਲਾ ਕੀਤਾ ਔਰ 2112 ਪੰਚਾਇਤਾਂ ਜਿਹੜੀਆਂ ਸਰਬਸੰਮਤੀ ਦੇ ਨਾਲ ਚੁਣੀਆਂ ਗਈਆਂ ਨੇ ਅਗਰ ਗੱਲ ਡਿਸਟ੍ਰਿਕਟ ਵਾਈਜ਼ ਕੀਤੀ ਜਾਵੇ ਤੇ ਜ਼ਿਲ੍ਹਾ ਬਠਿੰਡਾ ਦੇ ਵਿੱਚ ਜਿਹੜੇ ਸਰਬਸੰਮਤੀ ਦੇ ਨਾਲ ਸਰਪੰਚ ਚੁਣੇ ਗਏ ਨੇ ਉਹ 51 ਨੇ ਤੇ ਬਠਿੰਡਾ ਦੇ ਵਿੱਚ ਹੀ ਸਰਬਸੰਮਤੀ ਦੇ ਨਾਲ 37 ਪੰਚਾਇਤਾਂ ਚੁਣੀਆਂ ਗਈਆਂ ਨੇ ਉਸ ਤੋਂ ਬਾਅਦ ਅਗਰ ਨਵਾਂ ਸ਼ਹਿਰ ਜ਼ਿਲ੍ਹੇ ਦੀ ਗੱਲ ਕੀਤੀ ਜਾਵੇ ਤਾਂ 160 ਨਵਾਂ ਸ਼ਹਿਰ ਦੇ ਵਿੱਚ ਸਰਬਸੰਮਤੀ ਦੇ ਨਾਲ ਸਰਪੰਚ ਚੁਣੇ ਗਏ ਨੇ ਜਦ ਕਿ 136 ਪੰਚਾਇਤਾਂ ਸਰਬਸੰਮਤੀ ਦੇ ਨਾਲ ਚੁਣੀਆਂ ਗਈਆਂ ਨੇ ਜ਼ਿਲ੍ਹਾ ਫਾਜ਼ਿਲਕਾ ਦੀ ਗੱਲ ਕੀਤੀ ਹੈ ਤੇ 47 ਇੱਥੇ ਸਰਪੰਚ ਸਰਬਸੰਮਤੀ ਦੇ ਨਾਲ ਚੁਣੇ ਗਏ ਨੇ ਤੇ 33 ਜਿਹੜੇ ਪੰਚਾਇਤਾਂ ਨੇ ਸਰਬਸੰਮਤੀ ਦੇ ਨਾਲ ਚੁਣੀਆਂ ਗਈਆਂ ਨੇ ਪਠਾਨਕੋਟ ਦੇ ਵਿੱਚ 38 ਸਰਪੰਚ ਸਰਬਸੰਮਤੀ ਦੇ ਨਾਲ ਤੇ 34 ਉੱਥੇ ਪੰਚਾਇਤਾਂ ਸਰਬਸੰਮਤੀ ਦੇ ਨਾਲ ਚੁਣੀਆਂ ਗਈਆਂ ਨੇ ਜਿਹੜਾ ਗੁਰਦਾਸਪੁਰ ਦੀ ਗੱਲ ਕੀਤੀ ਜਾਵੇ ਤਾਂ ਜਿੱਥੇ 472 ਸਰਪੰਚ ਸਰਬਸੰਮਤੀ ਦੇ ਨਾਲ ਸਰਪੰਚ ਚੁਣੇ ਗਏ ਨੇ ਉੱਥੇ ਹੀ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ 361 ਪੰਚਾਇਤਾਂ ਸਰਬਸੰਮਤੀ ਦੇ ਨਾਲ ਚੁਣੀਆਂ ਗਈਆਂ ਨੇ ਲੁਧਿਆਣਾ ਜ਼ਿਲ੍ਹੇ ਦੀ ਗੱਲ ਕੀਤੀ ਜਾਵੇ ਤਾਂ 212 ਸਰਪੰਚ ਸਰਬਸੰਮਤੀ ਦੇ ਨਾਲ ਬਣ ਚੁੱਕੇ ਨੇ ਤੇ 156 ਪੰਚਾਇਤਾਂ ਸਰਬਸੰਮਤੀ ਦੇ ਨਾਲ ਚੁਣੀਆਂ ਗਈਆਂ ਨੇ ਤਰਨਤਨ ਜ਼ਿਲ੍ਹੇ ਦੀ ਗੱਲ ਕੀਤੀ ਜਾਵੇ ਤਾਂ ਉੱਥੇ 211 ਸਰਪੰਚ ਸਰਬਸੰਮਤੀ ਦੇ ਨਾਲ ਚੁਣੇ ਗਏ ਨੇ ਤੇ 156 ਪੰਚਾਇਤਾਂ ਸਰਬਸੰਮਤੀ ਦੇ ਨਾਲ ਚੁਣੀਆਂ ਗਈਆਂ ਨੇ ਇਸੇ ਤਰ੍ਹਾਂ ਅਗਰ ਗੱਲ ਕੀਤੀ ਜਾਵੇ ਤਾਂ ਬਰਨਾਲਾ ਦੀ ਗੱਲ ਕੀਤੀ ਜਾਵੇ ਤਾਂ ਉੱਥੇ 29 ਜਿਹੜੇ ਸਰਪੰਚ ਨੇ ਸਰਬਸੰਮਤੀ ਦੇ ਨਾਲ ਚੁਣੇਗੇ ਨੇ 19 ਜਿਹੜੀਆਂ ਪੰਚਾਇਤਾਂ ਸਰਬਸੰਮਤੀ ਦੇ ਨਾਲ ਚੁਣੀਆਂ ਗਈਆਂ ਨੇ ਫਰੀਦਕੋਟ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਉੱਥੇ 45 ਸਰਪੰਚ ਸਰਬਸੰਮਤੀ ਦੇ ਨਾਲ ਚੁਣੇਗੇ ਨੇ ਤੇ ਸਿਰਫ 6 ਪੰਚਾਇਤਾਂ ਹੀ ਸਰਬਸੰਮਤੀ ਦੇ ਨਾਲ ਚੁਣੀਆਂ ਗਈਆਂ ਨੇ ਮੋਗਾ ਜ਼ਿਲ੍ਹੇ ਦੀ ਗੱਲ ਕੀਤੀ ਜਾਵੇ ਤਾਂ ਉੱਥੇ 141 ਸਰਪੰਚ ਸਰਬਸੰਮਤੀ ਦੇ ਨਾਲ ਚੁਣੇਗੇ ਨੇ 120 ਪੰਚਾਇਤਾਂ ਸਰਬਸੰਮਤੀ ਦੇ ਨਾਲ ਚੁਣੀਆਂ ਗਈਆਂ ਨੇ ਇਸੇ ਤਰ੍ਹਾਂ ਹਾਰਪੁਰ ਜ਼ਿਲ੍ਹੇ ਦੀ ਗੱਲ ਕੀਤੀ ਜਾਵੇ ਤਾਂ ਇਸ ਜ਼ਿਲ੍ਹੇ ਦੇ ਵਿੱਚ 320 ਜਿਹੜੇ ਸਰਪੰਚ ਨੇ ਸਰਬਸੰਮਤੀ ਦੇ ਨਾਲ ਚੁਣੇ ਗਏ ਨੇ ਤੇ 54 ਇਥੋਂ ਦੀਆਂ ਪੰਚਾਇਤਾਂ ਸਰਬਸੰਮਤੀ ਦੇ ਨਾਲ ਚੁਣੀਆਂ ਗਈਆਂ ਨੇ ਇਸੇ ਤਰ੍ਹਾਂ ਜੇ ਜ਼ਿਲ੍ਹਾ ਅੰਮ੍ਰਿਤਸਰ ਦੀ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ ਦੇ ਵਿੱਚ 226 ਸਰਪੰਚ ਸਰਬਸੰਮਤੀ ਦੇ ਨਾਲ ਲੋਕਾਂ ਨੇ ਚੋਣ ਲਏ ਨੇ ਤੇ 191 ਜਿਹੜੀਆਂ ਪੰਚਾਇਤਾਂ ਨੇ ਉਹ ਸਰਬਸੰਮਤੀ ਦੇ ਨਾਲ ਚੁਣੀਆਂ ਗਈਆਂ ਨੇ ਜ਼ਿਲ੍ਹਾ ਬਲੇਰਕੋਟਲਾ ਦੀ ਗੱਲ ਕੀਤੀ ਜਾਵੇ ਤਾਂ ਇਸ ਜ਼ਿਲ੍ਹੇ ਦੇ ਵਿੱਚ 34 ਸਰਪੰਚ ਸਰਬਸੰਮਤੀ ਦੇ ਨਾਲ ਚੁਣੇ ਗਏ ਨੇ ਜਦ ਕਿ 27 ਪੰਚਾਇਤਾਂ ਸਰਬਸੰਮਤੀ ਦੇ ਨਾਲ ਚੁਣੀਆਂ ਗਈਆਂ ਨੇ ਫਿਰੋਜ਼ਪੁਰ ਜ਼ਿਲ੍ਹੇ ਦੀ ਗੱਲ ਕੀਤੀ ਜਾਵੇ ਤਾਂ ਇੱਥੇ 435 ਸਰਪੰਚ ਜਿਹੜੇ ਨੇ ਉਹ ਸਰਬਸੰਮਤੀ ਦੇ ਨਾਲ ਚੁਣੇ ਗਏ ਨੇ ਜਾਂ ਬਿਨਾਂ ਮੁਕਾਬਲੇ ਜਿੱਤੇ ਗਏ ਨੇ ਪਰ ਨਾਲ ਦੀ ਨਾਲ ਹੀ ਹੈਰਾਨੀ ਵਾਲੀ ਗੱਲ ਹੈ ਕਿ ਪੂਰੇ ਫਿਰੋਜ਼ਪੁਰ ਦੇ ਵਿੱਚ ਇੱਕ ਪੰਚਾਇਤ ਸਰਬਸੰਮਤੀ ਦੇ ਨਾਲ ਚੁਣੀ ਗਈ ਹੈ ਜੋ ਅੰਕੜੇ ਸਰਕਾਰੀ ਮਹਿਕਮੇ ਤੋਂ ਮਿਲੇ ਨੇ ਹੈਰਾਨੀ ਵਾਲੀ ਗੱਲ ਹੈ ਕਿ ਜਿੱਥੇ 435 ਬਿਨਾਂ ਮੁਕਾਬਲੇ ਸਰਪੰਚ ਚੁਣੇ ਗਏ ਨੇ ਉਥੇ 100 ਕੱਲੀ ਇੱਕ ਪੰਚਾਇਤ ਸਰਪੰਤੀ ਦੇ ਨਾਲ ਚੁਣੀ ਗਈ ਇਹ ਵੀ ਆਪਣੇ ਆਪ ਚ ਇੱਕ ਜਾਂਚ ਦਾ ਵਿਸ਼ਾ ਬਣਦਾ ਸੰਗਰੂਰ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਦਾ ਜੱਦੀ ਜ਼ਿਲ੍ਹਾ ਸੰਗਰੂਰ ਦੀ ਗੱਲ ਕੀਤੀ ਜਾਵੇ ਤਾਂ ਸਿਰਫ ਉਥੇ 34 ਹੀ ਸਰਪੰਚ ਸਰਪੰਤੀ ਦਾ ਚੁਣੇ ਗਏ ਨੇ ਜਦ ਕਿ 27 ਜਿਹੜੀਆਂ ਪੰਚਾਇਤਾਂ ਨੇ ਉਹ ਸਿਰਫ ਸੰਪਤੀ ਦੇ ਚੁਣੀਆਂ ਗਈਆਂ ਨੇ ਮਾਨਸਾ ਜ਼ਿਲ੍ਹੇ ਦੀ ਗੱਲ ਕੀਤੀ ਜਾਵੇ ਤਾਂ ਇੱਥੇ 28 ਸਰਪੰਚ ਸਰਪੰਚੀ ਦੇ ਨਾਲ ਤੇ 28 ਹੀ ਪੰਚਾਇਤਾਂ ਸਰਪੰਚੀ ਦੇ ਚੁਣੀਆਂ ਜਿਸ ਅੰਦਾਜ਼ਾ ਲਗਾ ਸਕਦੇ ਨੇ ਕਿ ਜਿੱਥੇ ਸਰਪੰਚੇ ਚੁਣੇਗੇ ਸਰਪੰਚ ਤੇ ਉਸੇ ਪਿੰਡ ਜਿਹੜਾ ਵਾ ਉਹ ਸਰਪੰਚੀ ਦੇ ਨਾਲ ਜਿਹੜੇ ਵੇ ਉਹ ਪੰਚਾਇਤਾਂ ਚੁਣੇ ਗਏਗਾ ਇਹ ਆਪਣੇ ਆਪ ਚ ਜਿਹੜਾ ਰਿਕਾਰਡ ਬਣਿਆ ਹੈਗਾ ਤੇ ਬਾਕੀ ਥਾਵਾਂ ਦੇ ਸਰਪੰਚ ਤੇ ਸਰਪੰਚੀ ਨਾਲ ਚੁਣੇਗੇ ਨੇ ਪਰ ਪੰਚਾਇਤਾਂ ਸਰਪੰਚੀ ਦੇ ਨਾਲ ਚੁ ਨਹੀਂ ਚੁਣੀਆਂ ਗਈਆਂ ਪਰ ਮਾਨਸੇ ਦੇ ਵਿੱਚ ਜਿਹੜੀ ਆ ਕਿ 28 ਸਰਪੰਚ 28 ਪੰਚਾਇਤਾਂ ਸਰਵਸਮਤੀ ਦੇ ਨਾਲ ਚੁਣੀਆਂ ਗਈਆਂ ਜਿਲ੍ਹਾ ਕਪੂਰਥਲਾ ਦੀ ਗੱਲ ਕੀਤੀ ਜਾਵੇ ਤਾਂ 190 ਸਰਪੰਚ ਸਰਵਸਮਤੀ ਦੇ ਨਾਲ ਚੁਣੇਗੇ ਨੇ ਜਦਕਿ 170 ਪੰਚਾਇਤਾਂ ਸਰਵਸਮਤੀ ਦੇ ਨਾਲ ਚੁਣੀਆਂ ਗਈਆਂ ਨੇ ਜਲੰਧਰ ਜ਼ਿਲ੍ਹੇ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਵੀ ਇੱਕ ਰਿਕਾਰਡ ਬਣਿਆ ਕਿ 194 ਸਰਪੰਚ ਸਰਵਸਮਤੀ ਦੇ ਨਾਲ ਤੇ 194 ਹੀ ಗ್ರಾಮ ਪੰਚਾਇਤਾਂ ਸਰਵਸਮਤੀ ਦੇ ਨਾਲ ਚੁਣੀਆਂ ਗਈਆਂ ਮਤਲਬ ਇਹ 194 ਪਿੰਡਾਂ ਦੇ ਵਿੱਚ ਸਰਪੰਚਾਂ ਸਨ ਜਿਹੜੀ ਹੈ ਪੰਚਾਇਤ ਸਰਬਸੰਮਤੀ ਦੇ ਨਾਲ ਚੁਣੀ ਗਈ ਹੈ ਪਰ ਇਹੋ ਜਿਹੇ ਅੰਕੜੇ ਹੀ ਜ਼ਿਲ੍ਹਾ ਰੂਪਨਗਰ ਤੋਂ ਆ ਰਹੇ ਨੇ 140 ਸਰਪੰਚੂ ਨਿਗੇ ਨੇ ਤੇ 140 ਹੀ ਸਰਬਸੰਮਤੀ ਦੇ ਨਾਲ ਪੰਚਾਇਤਾਂ ਚੁਣੀਆਂ ਗਈਆਂ ਮਤਲਬ ਇਸ ਤੇ 140 ਪਿੰਡਾਂ ਨੇ ਸਰਪੰਚਾ ਸਮੇਤ ਸਮੁੱਚੀ ਜਿਹੜੀ ਪੰਚਾਇਤ ਆ ਉਹ ਸਰਬਸੰਮਤੀ ਨਾਲ ਚੁਣ ਕੇ ਰਿਕਾਰਡ ਬਣਾਇਆ ਖਾਸ ਕਰਕੇ ਮਾਨਸਾ ਜਲੰਧਰ ਤੇ ਰੂਪਨਗਰ ਇਹ ਤਿੰਨ ਜ਼ਿਲ੍ਹਿਆਂ ਦੇ ਵਿੱਚ ਸਿਰਫ ਸਵਪਤੀ ਦੇ ਨਾਲ ਸਰਪੰਚਾਂ ਸਣੇ ਪੰਚਾਇਤਾਂ ਚੁਣੀਆਂ ਗਈਆਂ ਗਏ ਨੇ ਇਸ ਤੋਂ ਬਾਅਦ ਅਗਰ ਗੱਲ ਬੁਖਸਰ ਦੀ ਕੀਤੀ ਜਾਵੇ ਤਾਂ 57 ਜਿਹੜੇ ਸਰਪੰਚ ਸਵਪਤੀ ਦੇ ਨਾਲ ਚੁਣੇ ਗਏ ਨੇ ਤੇ 35 ਜਿਹੜੀਆਂ ਸਵਪਤੀ ਦੇ ਨਾਲ ਪੰਚਾਇਤਾਂ ਚੁਣੀਆਂ ਗਈਆਂ ਨੇ ਫਤਿਹਗੜ ਸਾਹਿਬ ਦੇ ਵਿੱਚ ਵੀ ਰਿਕਾਰਡ ਬਣਿਆ 143 ਸਰਪੰਚ ਚੁਣੇ ਗਏ ਨੇ ਤੇ 143 ਹੀ ਸਰਬਸੰਮਤੀ ਦੇ ਨਾਲ ਪੰਚਾਇਤਾਂ ਚੁਣੀਆਂ ਗਈਆਂ ਨੇ ਮਤਲਬ ਇੱਥੇ ਵੀ ਇਥੋਂ ਦੇ 143 ਪਿੰਡਾਂ ਨੇ ਸਰਪੰਚਾਂ ਸਣੇ ਸਰਬਸੰਮਤੀ ਦੇ ਨਾਲ ਆਪਣੀਆਂ ਆਪਣੀਆਂ ਪੰਚਾਇਤਾਂ ਚੁਣੀਆਂ ਨੇ ਔਰ ਮਹਾਲੀ ਦੇ ਵਿੱਚ ਕੋਈ ਵੀ ਜਿਹੜਾ ਸਰਪੰਚਾ ਉਹ ਸਰਬਸੰਮਤੀ ਦੇ ਨਾਲ ਨਹੀਂ ਚੁਣਿਆ ਗਿਆ ਦੇਸ਼ ਦੇ 12 ਜੜੀਆਂ ਨੇ ਸਰਬਸੰਮਤੀ ਦੇ ਨਾਲ ਪੰਚਾਇਤਾਂ ਚੁਣੀਆਂ ਗਈਆਂ ਨੇ ਪੰਜਾਬ ਚ ਮਤਲਬ ਕੁੱਲ 3205 ਸਰਬਸੰਮਤੀ ਦੇ ਨਾਲ ਸਰਪੰਚੂ ਨਿਗਨੇ ਤੇ 2112 ਜਿਹੜੇ ਨੇ ਉਹ ਪੰਚਾਇਤਾਂ ਸਰਬਸੰਮਤੀ ਨਾਲ ਚੁਣੀਆਂ ਗਈਆਂ ਨੇ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਸਰਬਸੰਮਤੀ ਦੇ ਨਾਲ ਸਰਪੰਚਾਂ ਸਣੇ ਪੰਚਾਇਤਾਂ ਬਣੀਆਂ ਨੇ ਉਹਦੇ ਚ ਮਾਨਸਾ ਜਲੰਧਰ ਰੂਪਨਗਰ ਤੇ ਫਤਿਹਗੜ ਸਾਹਿਬ ਮਤਲਬ ਪੰਜਾਬ ਦੇ ਤਿੰਨਾਂ ਜ਼ਿਲ੍ਹਿਆਂ ਦੇ ਵਿੱਚੋਂ ਚਾਰ ਅਜਿਹੇ ਜ਼ਿਲ੍ਹੇ ਨੇ ਜਿੱਥੇ ਪਿੰਡ ਵਾਸੀਆਂ ਨੇ ਸਰਪੰਚਾਂ ਸਨੇ ਸਮੁੱਚੀ ਸਰਸੰਮਤੀ ਦੇ ਨਾਲ ਪੰਚਾਇਤ ਚੁਣੀਆਂ। ਅ ਦੈਨਿਕ ਜਾਗਰਣ ਦੇ ਬਠਿੰਡਾ ਤੋਂ ਰਿਪੋਰਟਰ ਗੁਰਪ੍ਰੇਮ ਲੈਰੀ ਹੋਣਾਂ ਦੀ ਜਿਹੜੀ ਖਬਰ ਆ ਅਸੀਂ ਤੁਹਾਡੇ ਨਾਲ ਜ਼ਿਕਰ ਕੀਤਾ ਕਿ ਜਿਹਦਾ ਇਹ ਖਬਰ ਆ ਕਿ ਪੰਜਾਬ ਭਰ ਦੇ ਵਿੱਚ 3205 ਜਿਹੜੇ ਸਰਪੰਚ ਨੇ ਉਹ ਸਰਸੰਮਤੀ ਦੇ ਨਾਲ ਚੁਣੇ ਗਏ। ਹਾਲਾਂਕਿ 15 ਤਰੀਕ ਨੂੰ ਵੋਟਾਂ ਪੈਣੀਆਂ ਨੇ। ਹਾਈ ਕੋਰਟ ਦੇ ਬੀਤੇ ਦਿਨ 300 ਦੇ ਕਰੀਬ ਪਟੀਸ਼ਨਾਂ ਪਈਆਂ ਅੱਜ ਵੀ 100 ਤੋਂ ਜ਼ਿਆਦਾ ਪਟੀਸ਼ਨਾਂ ਜਿਹੜੀਆਂ ਪੈ ਚੁੱਕੀਆਂ ਨਵੀਆਂ ਨਹੀਂ। ਉਨ੍ਹਾਂ ਦੀ ਜਿਹੜੀ ਸੁਣਵਾਈ ਹੈ ਮਲਤੂਬੀ ਕਰ ਦਿੱਤੀ ਗਈ ਹੈ ਬੀਤੇ ਦਿਨ ਜਿਹੜੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਪੰਚਾਇਤਾਂ ਤੇ ਸਟੇ ਲਾਈ ਗਈ ਸੀ ਉਹਦਾ ਫੈਸਲਾ 14 ਤਰੀਕ ਨੂੰ ਆਊਗਾ 15 ਨੂੰ ਸਵਾਲ ਹੈ ਕਿ ਵੋਟਾਂ ਪੈਂਦੀਆਂ ਕਿ ਨਹੀਂ ਪੈਂਦੀਆਂ ਪਰ ਸਰਕਾਰ ਨੇ ਮੁਕੰਮਲ ਰੂਪ ਦੇ ਵਿੱਚ ਤਿਆਰੀ ਕੀਤੀ ਹੋਈ ਆ ਪਰ ਨਾਲ ਦੀ ਨਾਲ ਇਹ ਕਿ ਅੱਜ ਵੀ ਵੱਡੇ ਪੱਧਰ ਤੇ ਜਿਹੜੀਆਂਵੇਂ ਪਟੀਸ਼ਨਾਂ ਪੈ ਰਹੀਆਂ ਕਿਉਂਕਿ ਹੁਣ ਲੋਕ ਬੀਤੇ ਦਿਨ ਜਿਹੜਾ ਹਾਈ ਕੋਰਟ ਵੱਲੋਂ ਸਟੇ ਲਗਾਈ ਗਈ ਉਸ ਤੋਂ ਬਾਅਦ ਲੋਕਾਂ ਨੂੰ ਲੱਗਾ ਕਿ ਕੋਰਟ ਤੋਂ ਇਨਸਾਫ ਮਿਲ ਸਕਦਾ ਕਿਉਂਕਿ ਬਹੁਤ ਸਾਰੇ ਪੰਚਾਂ ਦੇ ਸਰਪੰਚਾਂ ਦੇ ਕਾਗਜ਼ ਰੱਦ ਕੀਤੇ ਗਏ ਨੇ ਬਹੁਤ ਸਾਰੇ ਵਿਰੋਧੀਆਂ ਦੇ ਕਾਗਜ਼ ਜਿਹੜੇ ਨੇ ਪ੍ਰਸ਼ਾਸਨ ਵੱਲੋਂ ਰੱਦ ਕੀਤੇ ਗਏ ਨੇ ਜਿਸ ਕਰਕੇ ਬੀਤੇ ਦਿਨ ਦਿੱਤੀ ਗਈ ਰਿਲੀਫ ਦੇ ਤਹਿਤ ਹੁਣ ਲੋਕ ਧੜਾ ਧੜਾ ਪਟੀਸ਼ਨਾਂ ਪਾ ਰਹੇ ਨੇ ਤੇ ਇਹ ਨਿਰਭਰ ਕਰਦਾ ਕਿ ਕੀ ਪੰਜਾਬ ਦੇ ਵਿੱਚ 15 ਤਰੀਕ ਨੂੰ ਵੋਟਾਂ ਪੈਣਗੀਆਂ ਜਾਂ ਨਹੀਂ ਜਾਂ ਫਿਰ ਅਗਾਂਹ ਤਰੀਕ ਦੇ ਵਿੱਚ ਵਾਅਦਾ ਕੀਤਾ ਜਾਊਗਾ ਲੇਕਿਨ ਜੋ ਅਸੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਹੈ ਕਿ 15 ਨੂੰ ਵੋਟਾਂ ਪੈਂਦੀਆਂ ਜਾਂ ਨਹੀਂ ਲੇਕਿਨ ਇਸ ਦਰਮਿਆਨ ਬਹੁਤ ਸਾਰੇ ਪਿੰਡ ਵਾਸੀਆਂ ਨੇ ਆਪਣੇ ਆਪਣੇ ਪਿੰਡ ਦੇ ਵਿੱਚ ਸਿਰਫ ਸੰਮਤੀ ਦੇ ਨਾਲ ਪੰਚਾਇਤਾਂ ਵੀ ਚੋਣ ਲਈਆਂ ਨੇ ਤੇ ਸਿਰਫ ਸੰਮਤੀ ਦੇ ਨਾਲ ਸਰਪੰਚ ਵੀ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਲੋਕਾਂ ਨੂੰ ਅਪੀਲ ਕੀਤੀ ਸੀ ਉਹਨਾਂ ਦੇ ਸਤੌਜ ਪਿੰਡ ਦੇ ਵਿੱਚ ਵੀ ਸਰਵ ਸੰਮਤੀ ਹੋਈ ਹੈ ਲੇਕਿਨ ਜਿਸ ਨੂੰ ਉਹ ਚਾਹੁੰਦੇ ਸੀ ਜਿਹੜਾ ਆਮ ਆਦੀ ਪਾਰਟੀ ਦੇ ਜਿਹੜੇ ਵਰਕਰ ਜਿਸ ਵਿਅਕਤੀ ਨੂੰ ਸਰਪੰਚ ਚਾਹੁੰਦੇ ਸੀ ਉਸ ਤੇ ਨਹੀਂ ਹੋਈ ਸਰਸੰਮਤੀ ਲੇਕਿਨ ਜੋ ਪਿੰਡ ਵਾਲਿਆਂ ਦਾ ਮਨਪਸੰਦੀ ਉਸ ਤੇ ਸਰਸੰਮਤੀ ਹੋਈ ਹੈ ਪਰ ਕੁੱਲ ਮਿਲਾ ਕੇ ਸਤੋਕ ਪਿੰਡ ਵਿੱਚ ਵੀ ਸਰਸੰਮਤੀ ਹੈ ਲੇਕਿਨ ਫਿਲਹਾਲ ਜਿਹੜੀ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਹੈ ਉਹਦੇ ਤਹਿਤ ਹੈ ਕਿ 3205 ਸਰਸੰਮਤੀ ਦੇ ਅਡ ਸਰਪੰਚ ਤੇ 2112 ਸਰਸੰਮਤੀ ਦੇ ਨਾਲ ਪੰਚਾਇਤਾਂ ਚੁਣੀ ਗਈਆਂ ਨੇ ਇਸ ਜਾਣਕਾਰੀ ਨਾਲ ਤੁਹਾਡੇ ਤੋਂ ਲੈ ਕੇ ਦੇਖਦੇ ਰਹੋ এবੀਸੀ ਪੰਜਾਬ ਧੰਨਵਾਦ